ਅੱਜ ਅਸੀਂ ਮਾਣਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ। ਸਮੱਸਿਆ ਇਹ ਹੈ ਕਿ ਝੰਗੜ ਪੈਣੀ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੋਂ ਇੱਕ ਤਾਂ ਪੋਸਟ ਖਾਲੀ ਹੈ ਪ੍ਰਿੰਸੀਪਲ ਦੀ ਲੰਬੇ ਸਮੇਂ ਤੋਂ, ਔਰ ਨਾਲ ਦੀ ਨਾਲ 7 ਜਿਹੜੇ ਹੈ ਉੱਥੇ ਲੈਕਚਰਾਰ ਨਹੀਂ ਹੈ। ਜਿਹੜੇ 7 ਲੈਕਚਰਾਰ ਨਾ ਹੋਣਾ ਔਰ ਇੱਕ ਪ੍ਰਿੰਸੀਪਲ ਦੀ ਜਿਹੜਾ ਸਕੂਲ ਦੇ ਵਿੱਚ ਦੇਖ ਰੇਖ ਨਾ ਕਰਨ ਵਾਲਾ ਹੋਣਾ ਆਪਣੇ ਆਪ ਵਿੱਚ ਸਾਬਤ ਕਰਦਾ ਹੈ ਕਿ ਜਿਹੜੇ 7 ਲੈਕਚਰਾਰ ਨਹੀਂ ਹੈ ਉਹ 10th ਕਲਾਸ ਨੂੰ ਪੜ੍ਹਾਉਣ ਵਾਲੇ ਟੀਚਰ +2 ਵਾਲਿਆਂ ਨੂੰ ਪੜ੍ਹਾ ਕੇ ਕਿੰਨਾ ਕੁ ਵਿਕਾਸ ਕਰਨਗੇ ਬੱਚਿਆਂ ਦਾ ਉਹ ਆਪੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਨਾ ਤਾਂ 10th ਵਾਲਿਆਂ ਨੂੰ ਪੂਰਾ ਟਾਈਮ ਦੇ ਪਾ ਰਹੇ ਹੈ ਉਹ ਟੀਚਰ ਔਰ ਨਾ ਹੀ +2 ਵਾਲਿਆਂ ਨੂੰ ਪੜ੍ਹਾ ਸਕਦੇ ਹੈ। ਇਸ ਕਰਕੇ ਉੱਥੋਂ ਦੇ ਜਿਹੜੇ ਸਟੂਡੈਂਟ ਹੈ ਉੱਥੋਂ ਦੇ ਜਿਹੜੇ ਲੋਕ ਹੈ ਉੱਥੋਂ ਦੇ ਜਿਹੜੇ ਪੜ੍ਹੇ ਲਿਖੇ ਸਾਡੇ ਹੁਣ ਨਿਕਲ ਕੇ ਆਉਣੇ ਹੈ ਉਹਨਾਂ ਨੂੰ ਅੱਗੇ ਬਹੁਤ ਵੱਡੀਆਂ ਸਮੱਸਿਆਵਾਂ ਆਉਣੀਆਂ ਜਦੋਂ ਟੈਸਟ ਹੋਣੇ ਆ ਉਹਦੇ ਵਿੱਚ ਉਹ ਕੁਛ ਕਰ ਨਹੀਂ ਪਾਣਗੇ। ਸਰਕਾਰ ਪਤਾ ਨਹੀਂ ਕੀ ਕਰਨਾ ਚਾਹੁੰਦੀ ਹੈ। ਇਸ ਦੇ ਸੰਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ 21 ਨਵੰਬਰ 2023 ਨੂੰ ਇੱਕ ਮੰਗ ਪੱਤਰ ਪਹਿਲੇ ਦੇ ਚੁੱਕੇ ਆਲਰੇਡੀ ਔਰ ਉਦੋਂ ਤੱਕ ਕੋਈ ਕਾਰਵਾਈ ਉਹਦੇ 'ਤੇ ਨਹੀਂ ਹੋਈ। ਨਾਲ ਦੀ ਨਾਲ ਜਦੋਂ ਹੜ੍ਹ ਆਏ ਹੈ ਉੱਥੋਂ ਦੀਆਂ ਜਿਹੜੀਆਂ ਸੜਕਾਂ ਹੈ ਉਹ ਬੇਹੱਦ ਬੰਜਰ ਹੋ ਚੁੱਕੀਆਂ, ਟੁੱਟ ਚੁੱਕੀਆਂ ਜਿਹੜੀਆਂ ਸਾਈਡਾਂ 'ਤੇ ਉਹਦੀ ਜਗ੍ਹਾ ਹੈ। ਜਾ ਕੇ ਡੀਸੀ ਸਾਹਿਬ ਦੌਰਾ ਕਰਨ, ਇੱਥੋਂ ਦੇ ਜਿਹੜੇ ਸਾਡੀ ਸਰਕਾਰ ਹੈ ਉਹ ਜਾ ਕੇ ਦੌਰਾ ਕਰੇ, ਉਹ ਸਕੂਲਾਂ ਵਿੱਚ ਜਾਣ, ਜਾ ਕੇ ਦੇਖਣ ਕਿ ਉੱਥੇ ਸਾਡੇ ਬੱਚਿਆਂ ਨੂੰ ਕੀ ਸਮੱਸਿਆਵਾਂ ਆਉਂਦੀਆਂ ਔਰ ਉੱਥੋਂ ਦੇ ਲੋਕਾਂ ਨੂੰ ਕੀ ਸਮੱਸਿਆ ਆ ਰਹੀਆਂ। ਪਰ ਠੰਡੇ ਜਿਹੜੇ ਗਰਮੀਆਂ ਵਿੱਚ ਠੰਡੇ ਕਮਰੇ ਹੋਣ ਅਤੇ ਸਰਦੀਆਂ ਵਿੱਚ ਗਰਮ ਕਮਰਿਆਂ ਵਿੱਚ ਬੈਠ ਕੇ ਗੱਲ ਨਹੀਂ ਬਣਨੀ। ਇਹਨਾਂ ਕਮਰਿਆਂ ਵਿੱਚੋਂ ਬਾਹਰ ਨਿਕਲ ਕੇ ਦੇਖੋ ਕਿ ਉੱਥੇ ਲੋਕ ਕਿੰਨੇ ਜਿਹੜੇ ਹੈ ਉਹ ਪ੍ਰਭਾਵਿਤ ਹੋ ਰਹੇ ਆ, ਉਹਨਾਂ ਨੂੰ ਕਿੰਨੀਆਂ ਸਮੱਸਿਆਵਾਂ ਆ ਰਹੀਆਂ। ਮੁੱਕਦੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ 1 ਹਫ਼ਤੇ ਦੇ ਅੰਦਰ ਅੰਦਰ ਡੀਸੀ ਸਾਹਿਬ ਆਪ ਦੌਰਾ ਕਰਨ ਔਰ ਉੱਥੇ ਸਕੂਲਾਂ ਵਿੱਚ ਜਾਣ, ਉੱਥੋਂ ਦੀਆਂ ਜਿਹੜੀਆਂ ਸੜਕਾਂ ਦੇਖ ਕੇ ਆਉਣ, ਤੁਰੰਤ ਮੁਰੰਮਤ ਕਰਨ ਵਾਲਾ ਕੰਮ ਜਿਹੜਾ ਸੜਕਾਂ ਦਾ ਉਹਨਾਂ ਨੂੰ ਕਰਨਾ ਚਾਹੀਦਾ ਔਰ ਨਾਲ ਦੀ ਨਾਲ ਜਿਹੜੀਆਂ ਨਵੀਆਂ ਸੜਕਾਂ ਬਣਾਉਣ ਵਾਸਤੇ ਵੀ ਰੂਪਰੇਖਾ ਤਿਆਰ ਕਰਨੀ ਚਾਹੀਦੀ ਹੈ। ਅਗਰ 1 ਹਫ਼ਤੇ ਦੇ ਅੰਦਰ ਅੰਦਰ ਇਹ ਗੱਲਬਾਤ ਡੀਸੀ ਸਾਹਿਬ ਨਹੀਂ ਕਰਦੇ, ਕੋਈ ਉੱਥੇ ਟੀਚਰ ਪੁਆਇੰਟ ਕਰਨ ਦੀ ਗੱਲ ਨਹੀਂ ਕਰਦੇ, ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਜਿਹੜਾ ਕਰਨ ਲਈ ਮਜਬੂਰ ਹੋਵਾਂਗੇ।